ਹਾਂਜੀ ਸਾਰੇ ਅਨੁਸਾਰੀ ਕਾਲ ਸਲਾਮ ਨਾਸਕਾ ਤੁਹਾਡਾ ਚੈਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਚੈਨਨ ਮੈਟਕ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਚਲਦੇ ਹਾਂ ਅੱਜ ਦੀਆਂ ਆਪਣੀਆਂ ਖਾਸ ਖਾਸ ਨਿਊਜ਼ ਦੇ ਉੱਤੇ ਤੇ ਪੂਰੀਆਂ ਖਬਰਾਂ ਜਾਣਨ ਦੇ ਵਾਸਤੇ ਵੀਡੀਓ ਨੂੰ ਪੂਰਾ ਹੀ ਦੇਖਿਓ ਬਾਕੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਸਪੈਸ਼ਲ ਗੱਲਬਾਤ ਵੀ ਕਰਨੀ ਹੈ ਬੂਸਤਾ ਪਾਗਾ ਦੇ ਉੱਪਰ ਜਿਹੜਾ ਕਿ ਬੂਸਤਾ ਪਾਗਾ ਜੋ ਤੁਸੀਂ ਫੈਕਟਰੀ ਵਗੈਰੇ ਦੇ ਵਿੱਚ ਕੰਮ ਕਰਦੇ ਹੋ ਜਿਹਨੂੰ ਆਪਾਂ ਤਨਖਾਹ ਦਾ ਰਫਾਫਾ ਵੀ ਕਹਿ ਸਕਦੇ ਹਾਂ ਉਦੇ ਉੱਪਰ ਇੱਕ ਗੁੱਡ ਨਿਊਜ਼ ਵੀ ਆ ਰਹੀ ਹੈ ਤੁਸੀਂ ਵੀ ਆਪਣਾ ਜਿਹੜਾ ਵਸਟਾਪ ਆਗਾ ਚੈੱਕ ਕਰ ਸਕਦੇ ਹੋ ਤੇ ਇੱਕ ਮਿੰਟ ਦੇ ਵਿੱਚ ਸਾਨੂੰ ਜਰੂਰ ਦੱਸਿਓ ਅੱਜ ਦੀ ਜਿਹੜੀ ਪਹਿਲੀ ਖ਼ਬਰ ਆਪਣੀ ਰੂਸ ਦੇ ਨਾਲ ਸਬੰਧਤ ਹੈ ਰੂਸ ਦੇ ਵਿੱਚ ਤਕਰੀਬਨ 1 ਕਰੋੜ ਲੋਕ ਜਿਹੜੇ 10 ਮਿਲੀਅਨ ਦੇ ਜਿਹੜੇ ਲੋਕ ਹਨ ਜਿਨ੍ਹਾਂ ਨੂੰ ਕਿ ਫੋਰਸ ਕੀਤਾ ਗਿਆ ਹੈ ਕਿ ਜਿਹੜੇ ਆਪਣੇ ਘਰ-ਬਾਰ ਛੱਡ ਕੇ ਹੋਰ ਨਾ ਦੇਸ਼ਾਂ ਦੇ ਵਿੱਚ ਜਾ ਚੁੱਕੇ ਹਨ ਇਸ ਤੋਂ ਇਲਾਵਾ ਹਜ਼ਾਰਾਂ ਲੋਕ ਹੋਰ ਹਨ ਜਿਹੜੇ ਕਿ ਮਾਰੀਪੋਲ ਸ਼ਹਿਰ ਦੇ ਵਿੱਚ ਜਿੱਦਾਂ ਕਿ ਬੰਬਾਰੀ ਇਸ ਟਾਈਮ ਜਿਹੜੀ ਰੂਸ ਦੇ ਵੱਲੋਂ ਕੀਤੀ ਗਈ ਹੈ ਉਸ ਦਰਾਂ ਸ਼ਹਿਰ ਛੱਡਣ ਦੇ ਵਾਸਤੇ ਮਜਬੂਰ ਹੋ ਚੁੱਕੇ ਹਨ ਇਹ ਜਿਹੜੀ ਗਿਣਤੀ 1 ਕਰੋੜ ਦੱਸੀ ਗਈ ਹੈ ਯੂਨੈਸੇਫ ਦੇ ਹਿਸਾਬ ਦੇ ਨਾਲ ਹੀ ਜਿਹੜੀ ਗਿਣਤੀ ਦੱਸੀ ਗਈ ਹੈ ਬਾਕੀ ਇਸ ਤੋਂ ਇਲਾਵਾ ਜਿਹੜੀ ਦੂਸਰੀ ਖ਼ਬਰ ਹੈ ਵੀ ਰੂਸ ਦੇ ਨਾਲ ਸੰਬੰਧਤ ਹੈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਇਹਨਾਂ ਨੂੰ ਹੁਣ ਇੱਕ ਨਵੀਂ ਚੀਜ਼ ਦਾ ਜਿਹੜਾ ਡਰ ਪੈਦਾ ਹੋ ਚੁੱਕਾ ਹੈ ਹੁਣ ਇੱਕ ਜਿਹੜੀ ਫਾਇਵ ਫੈਲਰੀ ਹੈ ਕਿ ਰੂਸ ਦੇ ਰਾਸ਼ਟਰਪਤੀ ਨੂੰ ਡਰ ਹੈ ਕਿ ਕੋਈ ਉਹਨਾਂ ਨੂੰ ਜਿਹੜਾ ਜ਼ਹਿਰ ਵਗੈਰਾ ਦਾ ਉਹਨਾਂ ਦੇ ਉੱਤੇ ਉਪਯੋਗ ਕਰ ਸਕਦਾ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਤਕਰੀਬਨ 1000 ਦੇ ਆਸ-ਪਾਸ ਜਿਹੜਾ ਪਰਸਨਲ ਸ ਇਨਾਂ ਨੂੰ ਬਦਲ ਦਿੱਤਾ ਗਿਆ ਹੈ ਜਿਹਦੇ ਵਿੱਚ ਇਹਨਾਂ ਦੇ ਆਪਣੇ ਪਰਸਨਲ ਡਰਾਈਵਰ ਵਗੈਰਾ ਜਿਹੜੀ ਇਹਨਾਂ ਦਾ ਖਾਣਾ ਵਗੈਰਾ ਭੋਜਨ ਬਣਾਉਂਦੇ ਹਨ ਕੱਪੜੇ ਧੁੰਨ ਵਾਲੇ ਬੰਦੇ ਤੇ ਹੋਰ ਵੀ ਬਹੁਤ ਸਾਰਾ ਜਿਹੜਾ ਪਰਸਨਲ ਸਟਾਫ ਸੀ ਇਸ ਰਾਸ਼ਟਰਪਤੀ ਦਾ ਇਹਨਾਂ ਨੂੰ ਇਸ ਕਰਕੇ ਬਦਲਿਆ ਗਿਆ ਹੈ ਕਿਉਂਕਿ ਇਹਨਾਂ ਨੂੰ ਡਰ ਲੱਗ ਰਿਹਾ ਹੈ ਕਿ ਕੋਈ ਨਾ ਕੋਈ ਬੰਦਾ ਇਹਨਾਂ ਨੂੰ ਮਾਰਨ ਦੇ ਵਾਸਤੇ ਜ਼ਹਿਰ ਵਗੈਰਾ ਦਾ ਇਸਤੇਮਾਲ ਵੀ ਕਰ ਸਕਦਾ ਹੈ ਮਤਲਬ ਇਹ ਕਿ ਉਹਨਾਂ ਨੂੰ ਆਪਣੀ ਸਿਕਿਉਰਿਟੀ ਵਾਲੇ ਜਿਹੜੇ ਬੰਦੇ ਹਨ ਪਰਸਨਲ ਸਟਾਫ ਉਹਨਾਂ ਦੇ ਕੋਲ ਵੀ ਇਸ ਟਾਈਮ ਡਰ ਲੱਗ ਰਿਹਾ ਹੈ ਕਿਉਂਕਿ ਰੂਸ ਦੇ ਵਿੱਚ ਵੀ ਇਸ ਟਾਈਮ ਜਿਹੜਾ ਰਾਸ਼ਟਰਪਤੀ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਯੂਕਰੇਨ ਦੇ ਉੱਤੇ ਜਿਹੜੇ ਹਮਲੇ ਲਗਾਤਾਰ ਕੀਤੇ ਜਾ ਰਹੇ ਹਨ ਇਸ ਕਰਕੇ ਜਿਹੜੀ ਉੱਥੋਂ ਦੀ ਪਬਲਿਕ ਉਹ ਵੀ ਥੋੜਾ ਬਹੁਤ ਇਸ ਦਾ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਹੁਣ ਚਲਦੇ ਹਾਂ ਜੀ ਆਪਣੀ ਅਗਲੀ ਖਬਰ ਉੱਤੇ ਅਗਲੀ ਖਬਰ ਆਪਣੀ ਜਿਹੜੀ ਬੋਸਤਪਾਗਾ ਦੇ ਨਾਲ ਸਬੰਧਤ ਹੈ ਜੇ ਤੁਸੀਂ ਇਟਲੀ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੈ ਕਿ ਜੋ ਤੁਸੀਂ ਕੰਮ ਕਰਦੇ ਹੋ ਤਾਂ ਹਰ ਮਹੀਨੇ ਤੁਹਾਡਾ ਬੋਸਤਪਾਗਾ ਆਉਂਦਾ ਹੈ ਜਿਹੜੀ ਸੈਲਰੀ ਵਗੈਰਾ ਹੁੰਦੀ ਹੈ ਉਹ ਸਿੱਧੀ ਇਵਨ ਜਿਹੜਾ ਕਿ ਤੁਸੀਂ ਦਿੱਤਾ ਹੋਇਆ ਹੁੰਦਾ ਨੰਬਰ ਇਹ ਬੂਸਤਪਾਗਾ ਜਿਹੜਾ ਤੁਹਾਡੇ ਹੱਥ ਦੇ ਵਿੱਚ ਦੇ ਦਿੱਤਾ ਜਾਂਦਾ ਹੈ ਤਾਂ ਕਿ ਤੁਸੀਂ ਉਸ ਦੇ ਵਿੱਚ ਆਪਣਾ ਜੋ ਵੀ ਡਿਟੇਲ ਵਗੈਰਾ ਉਸ ਦੇ ਵਿੱਚ ਲਿਖੀ ਹੁੰਦੀ ਹੈ ਤੁਸੀਂ ਉਸ ਨੂੰ ਚੈੱਕ ਕਰ ਸਕਦੇ ਹੋ ਤੁਸੀਂ ਕੁਝ ਸਮੇਂ ਤੋਂ ਦੇਖਿਆ ਹੋਵੇਗਾ ਕਿ ਜੇ ਤੁਸੀਂ ਕਿਸੇ ਕੋਆਪਰੇਟਿਵ ਦੇ ਵਿੱਚ ਕੰਮ ਕਰਦੇ ਹੋ ਜਾਂ ਏਜੰਸੀ ਦੇ ਥਰੂ ਵੀ ਤੇ ਜਿਹੜੇ ਫੀਰੀਏ ਵਗੈਰਾ ਹੁੰਦੇ ਨੇ ਇਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫੀਰੀਏ ਦਿੱਤੇ ਜਾਂਦੇ ਹਨ ਕੁਝ ਲੋਕਾਂ ਨੂੰ ਰੋਲ ਵੀ ਮਿਲਦੀ ਹੈ ਤੇ ਕਈਆਂ ਨੂੰ ਰੋਲ ਵਗੈਰਾ ਪਹਿਲਾਂ ਨਹੀਂ ਮਿਲਦੀ ਸੀ ਤੇ ਜਿਹੜੇ ਫੀਰੀਏ ਵਗੈਰਾ ਦਾ ਵੀ ਹਰ ਬੂਸਤਪਾਗਾ ਦੇ ਵਿੱਚ ਫਰਕ ਹੁੰਦਾ ਹੈ ਜਿੱਦਾਂ ਕੀ ਕੋ ਪ੍ਰਤੀਵਾਦੀ ਕੰਟੈਕਟ ਜਾਂ ਏਜੰਸੀਆਂ ਦੇ ਕੰਟੈਕਟ ਜਾਂ ਫਿਰ ਸਿੱਧਾ ਜਿਹੜਾ ਕੀ ਫੈਕਟਰੀ ਦੇ ਵਿੱਚ ਲੋਕ ਕੰਮ ਕਰਦੇ ਹਨ ਅਦੀਤੇ ਦੇ ਵਿੱਚ ਤੁਸੀਂ ਕਰਨਾ ਕੀ ਹੈ ਕਿ ਤੁਸੀਂ ਇਸ ਤਰ੍ਹਾਂ ਬੂਸਤਾ ਪਾਗਾ ਜਿਹੜਾ ਤੁਹਾਡੇ ਕੋਲ ਹੈ ਕੋਈ ਵੀ ਹੋਵੇ ਪਿਛਲੇ ਮਹੀਨੇ ਵਾਲਾ ਵੀ ਤੁਸੀਂ ਦੇਖ ਸਕਦੇ ਹੋ ਜਿਸ ਜਗ੍ਹਾ ਦੇ ਉੱਤੇ ਫੇਰੀ ਇਹ ਵਗੈਰਾ ਲਿਖੀ ਹੁੰਦੀ ਹੈ ਤੁਸੀਂ ਉਸ ਦੇ ਵਿੱਚ ਜਾ ਕੇ ਦੇਖਣਾ ਹੈ ਕਿ ਤੁਹਾਡੇ ਜਿਹੜੇ ਕਿੰਨੇ ਘੰਟੇ ਦੇ ਫੇਰੀ ਹੈ ਉਸ ਦੇ ਵਿੱਚ ਲਿਖੇ ਹੋਏ ਹਨ ਜਿਆਤਰ 168 ਘੰਟੇ ਦੀ ਜਿਹੜੇ ਫੇਰੀ ਹੈ ਪਹਿਲਾਂ ਲੋਕਾਂ ਨੂੰ ਮਿਲਦੇ ਸਨ ਜੀਓਪਾ 163 ਘੰਟਿਆਂ ਦੇ ਫਰੀਏ ਦੇਖੀ ਤਾਂ ਤਕਰੀਬਨ 21 ਦਿਨ ਦੀ ਜਿਹੜੀ ਛੁੱਟੀ ਜੀਓਪਾ 8 ਘੰਟੇ ਡੇਲੀ ਦੇ ਹਿਸਾਬ ਦੇ ਨਾਲ ਦੇਖੀਏ ਜਿਹੜਾ ਕੰਟਰਾਕਟ ਤੋਂ ਪੇਨ ਹੁੰਦਾ ਹੈ 40 ਘੰਟੇ ਮਹੀਨੇ ਵਾਲਾ ਆਪਣੇ ਸੌਰੀ 40 ਘੰਟੇ ਹਫਤੇ ਵਾਲਾ ਤਾਂ ਉਸ ਦੇ ਵਿੱਚ 21 ਦਿਨ ਦੀ ਜਿਹੜੀ ਛੁੱਟੀ ਬਣਦੀ ਸੀ ਹੁਣ ਜਿਹੜਾ ਮੁੱਦਾ ਆਪਣਾ ਇਹ ਹੈ ਕਿ ਹਰੇਕ ਮਹੀਨੇ ਜਿਹੜੇ ਫਰੀਏ ਕੀ ਉਹ ਸੱਚਮੁੱਚ ਵੱਧ ਚੁੱਕੇ ਹਨ ਹਾਂਜੀ ਕੁਝ ਜਿਹੜੇ ਬੁਸਤਪਾਗਾ ਦੇ ਵਿੱਚ ਚੈੱਕ ਕੀਤਾ ਗਿਆ ਪਰ ਸਨ ਤੌਰ ਤੇ ਵੀ ਅਸੀਂ ਕਈ ਪਾਸੇ ਪਤਾ ਕਰਕੇ ਦੇਖਿਆ ਜਾਣਕਾਰੀ ਇਹ ਹੀ ਨਿਕਲ ਕੇ ਸਾਹਮਣੇ ਆਈ ਹੈ ਕਿ ਇਹਦੇ ਵਿੱਚ ਕੁਝ ਜਿਹੜੇ ਘੰਟੇ ਵਧਾਏ ਗਏ ਹਨ ਇਹ ਕਿਸ ਦੇ ਵਿੱਚ ਨਵੀਂ ਕੈਟਾਗਰੀ ਪਾਈ ਗਈ ਹੈ R E A C 2022 ਇਹਦੇ ਵਿੱਚ ਜਿਹੜੇ ਕੁਝ ਜਿੱਦਾਂ ਕਿ ਇੱਕ ਹਫਤਾ ਜਿਹੜੇ ਇਸ ਦੇ ਵਿੱਚ ਫੇਰੀਏ ਜ्यादा ਵਧਾ ਦਿੱਤੇ ਗਏ ਹਨ ਕਿਸੇ ਨੂੰ 60 ਕਿਸੇ ਨੂੰ 58 ਘੰਟੇ ਕਿਸੇ ਨੂੰ 55 ਡਿਪੈਂਡ ਕਰਦਾ ਕਿ ਕਿਹੜਾ ਕੰਟੈਕਟ ਬੰਦੇ ਦਾ ਹੈ ਤੇ ਇਹਦੇ ਵਿੱਚ ਕਈਆਂ ਨੂੰ ਜਿਹੜੀ ਰੋਲ ਵਗੈਰਾ ਵੀ ਦਿੱਤੀ ਜਾ ਰਹੀ ਹੈ ਬਾਕੀ ਜਿਹੜੇ ਫੈਕਟਰੀ ਦੇ ਵੀ ਡਾਇਰੈਕਟ ਲੋਕ ਕੰਮ ਕਰਦੇ ਹਨ ਇਹ ਕੁਦਰਤੀ ਗੱਲ ਹੈ ਕਿ ਉਹਨਾਂ ਨੂੰ ਜਿਹੜੇ ਫੇਰੀਏ ਵਗੈਰਾ ਵੀ ਜ਼ਿਆਦਾ ਮਿਲਦੇ ਹਨ ਤੇ ਜਿਹੜੀ ਉਹਨਾਂ ਦੀ ਸਹੂਲਤ ਹੁੰਦੀ ਹੈ ਕੋਆਪਰੇਟਿਵਾ ਵਗੈਰਾ ਤੋਂ ਕਿਤੇ ਜ਼ਿਆਦਾ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਹਨ ਤੇ ਬਾਅਦ ਵੀ ਜਿਹੜੀ ਪੈਨਸ਼ਨ ਵਗੈਰਾ ਹੁੰਦੀ ਹੈ ਉਹ ਵੀ ਜਿਹੜੇ ਦਿੱਤਿਆਂ ਦੇ ਵਿੱਚ ਲੋਕ ਕੰਮ ਕਰਦੇ ਨੇ ਪੈਨਸ਼ਨ ਵੀ ਉਹਨਾਂ ਦੀ ਜ਼ਿਆਦਾ ਲੱਗਦੀ ਹੈ ਤੇ ਕੋਆਪਰੇਟਿਵਾ ਵਾਲਿਆਂ ਨੂੰ ਜਿਹੜੀ ਪੈਨਸ਼ਨ ਵਗੈਰਾ ਘੱਟ ਲੱਗਦੀ ਹੈ ਕਿਉਂਕਿ ਜਿਹੜਾ ਟੈਕਸ ਹੈ ਇਹਨਾਂ ਦਾ ਘੱਟ ਟੈਕਸ ਤਾਂ ਰਹਿ ਜਾਂਦਾ ਹੈ ਅੱਗੇ ਬਾਕੀ ਤੁਸੀਂ ਮਿਹਰਬਾਨੀ ਕਰਕੇ ਇੱਕ ਕੰਮ ਜ਼ਰੂਰ ਕਰਿਓ ਕਿ ਆਪਣਾ ਜਿਹੜਾ ਬੂਸਟਾਪ ਆ ਗਿਆ ਅੱਜਕੱਲ ਡਿਜੀਟਲ ਟੀਕੇ ਦੇ ਨਾਲ ਵੀ ਬੂਸਟਾਪ ਆ ਗਏ ਫੋਨ ਦੇ ਵਿੱਚ ਹੀ ਆਉਂਦੇ ਹਨ ਤੁਸੀਂ ਉਸ ਨੂੰ ਖੋਲ ਕੇ ਉਸ ਦੇ ਕੀ ਰੀਏਸੀ 22 ਦੇ ਅਧੀਨ ਤੁਹਾਨੂੰ ਕੋਈ ਵਾਧੂ ਕੋਈ ਘੰਟੇ ਦਿੱਤੇ ਗਏ ਹਨ ਜਾਂ ਨਹੀਂ ਦਿੱਤੇ ਗਏ ਜੇ ਅਗਰ ਤੁਹਾਨੂੰ ਇਸ ਦੇ ਅਧੀਨ ਕੋਈ ਇਸ ਲਾਫ ਦੇ ਅਧੀਨ ਕੋਈ ਘੰਟੇ ਲਿਖੇ ਗਏ ਹਨ ਉਸ ਦੇ ਅੱਗੇ ਤੇ ਤੁਸੀਂ ਉਸ ਦੇ ਵਿੱਚ ਇੱਕ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿ ਕਿੰਨੇ ਘੰਟੇ ਤੁਹਾਨੂੰ ਮਿਲੇ ਹਨ ਹੁਣ ਆਪਾਂ ਦੇਖਦੇ ਹਾਂ ਕਿ ਇਟਲੀ ਦੇ ਵਿੱਚ ਜਿਹੜੇ ਕੇਸਿਸ ਵਗੈਰਾ ਕਿੰਨੇ ਆਏ ਹਨ ਆਪਾਂ ਜ਼ਿਆਦਾ ਸਮਾਂ ਇਸ ਦੇ ਵਿੱਚ ਨਹੀਂ ਲਵਾਂਗੇ 60415 ਜਿਹੜਾ ਨਵਾਂ ਕੇਸ ਇਟਲੀ ਦੇ ਵਿੱਚ ਅੱਜ ਦਾ ਆਇਆ ਹੈ ਤੇ 93 ਲੋਕਾਂ ਦੀ ਡੈਥ ਹੋਈ ਹੈ ਇਸ ਦੇ ਵਿੱਚ ਇੱਕ ਜਿਹੜੀ ਬੁਰੀ ਚੀਜ਼ ਹੈ ਕਿ ਜਿਹੜੀ ਤਸੋ ਦੀ ਪੋਸਟਿਵ ਤਾਂ 16.3 ਦੇ ਉੱਤੇ ਆ ਚੁੱਕੀ ਹੈ। ਬਾਕੀ ਤੁਹਾਡੇ ਮਨ ਦੇ ਵਿੱਚ ਵੀ ਆਉਂਦਾ ਹੋਵੇਗਾ ਕਿ ਜਿਹੜੇ ਟੈਸਟ ਵਗੈਰਾ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੁੰਦੀ ਹੈ। ਜਿੱਦਾਂ ਕਿ ਅੱਜ ਵੀ 3,7466 ਜਿਹੜੇ ਟੈਂਪੋਨੀ ਕੀਤੇ ਗਏ ਹਨ। ਤੇ ਇੱਥੇ ਤੁਹਾਨੂੰ ਇਹ ਦੱਸ ਜੀ ਕਿ ਟੈਂਪੋਨੀ ਇਹ ਗਵਰਨਮੈਂਟ ਨਹੀਂ ਕਿਸੇ ਦੇ ਟੈਂਪੋਨੀ ਵੀ ਕਰਦੀ। ਨਾ ਹੀ ਕਿਸੇ ਨੂੰ ਫੋਰਸ ਕੀਤਾ ਜਾਂਦਾ ਹੈ। ਇਹ ਕੁਝ ਲੋਕ ਹੁੰਦੇ ਨੇ ਇਹਦੇ ਵਿੱਚ ਨੋ ਬੈਕਸ ਵਾਲੇ ਵੀ ਆਉਂਦੇ ਹਨ ਤੇ ਕੁਝ ਆਮ ਲੋਕ ਵੀ ਇਸ ਦੇ ਵਿੱਚ ਸ਼ਾਮਲ ਹੁੰਦੇ ਹਨ ਜਿਹੜੇ ਕਿ ਆਪਣੀ ਮਰਜ਼ੀ ਦੇ ਨਾਲ ਜਿੱਦਾਂ ਕੀ ਉੱਥੇ ਜਾ ਕੇ ਫਾਰਮੇਸੀ ਦੇ ਵਿੱਚ ਜਾ ਕੇ ਟੈਂਪੋਨੀ ਵਗੈਰਾ ਕਰਾਉਂਦੇ ਹਨ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਮਜਬੂਰੀ ਹੁੰਦੀ ਹੈ ਗ੍ਰੀਨ ਪਾਸ ਲੈਣ ਦੀ ਇਸ ਕਰਕੇ ਲੋਕ ਟੈਂਪੋਨੀ ਕਰਾਉਂਦੇ ਹਨ ਜਾਂ ਕਿਸੇ ਦੀ ਸਿਹਤ ਠੀਕ ਨਾ ਹੋਣ ਦੀ وجہ ਦੇ ਨਾਲ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਕਿਤੇ ਉਹ ਪੋਜ਼ਿਟਿਵ ਨਾ ਹੋ ਗਏ ਹੋਣ ਇਸ ਕਰਕੇ ਲੋਕ ਟੈਂਪੋਨੀ ਵਗੈਰਾ ਕਰਾਉਂਦੇ ਹਨ ਤੇ ਇਸ ਟੈਂਪੋਨੀ ਜਿਹੜਾ ਕਰਾਉਣ ਦੇ ਵਿੱਚ ਕੀ ਹੋ ਰਿਹਾ ਹੈ ਕਿ 16 ਆਪਣੇ 100 ਦੇ ਪਿੱਛੇ ਤਕਰੀਬਨ 16 ਲੋਕ ਜਿਹੜੇ ਹਨ ਪੋਜ਼ਿਟਿਵ ਆ ਰਹੇ ਹਨ ਬਹੁਤੇ ਲੋਕ ਕਈ ਵਾਰ ਉਹਨਾਂ ਦੇ ਵੀ ਸਿੰਪਟਮ ਵੀ ਹੁੰਦੇ ਹਨ ਤੇ ਉਤੋਂ ਟੈਂਪੋਨੀ ਕਰਾਉਣ ਤੋਂ ਡਰਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਗਰ ਉਹ ਪੋਜ਼ਿਟਿਵ ਆ ਜਾਂਦੀਆਂ ਤੇ ਫਿਰ ਉਹਨੂੰ ਛੁੱਟੀਆਂ ਵਗੈਰਾ ਵੀ ਕੰਮ ਤੋਂ ਕਰਨੀਆਂ ਪਵਣਗੀਆਂ ਤੇ ਇਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਕੁਆਰੰਟਾਈਨ ਵੀ ਰਹਿਣਾ ਪਵੇਗਾ ਜਿਹੜਾ ਤਸੋ ਦੀ ਪੋਜ਼ਿਟਿਵ ਤੋਂ ਵੱਧਨ ਦਾ ਮੇਨ ਕਾਰ ਜਿਹੜਾ ਸਾਨੂੰ ਲੱਗ ਰਿਹਾ ਹੈ ਇਸੇ ਕਰਕੇ ਇਸ ਜਿਹੜੀ ਤਸੋ ਦੀ ਪੋਜ਼ਿਟਿਵ ਵੱਧ ਰਹੀ ਹੈ ਕਿਉਂਕਿ ਹੁਣ ਜਿਹੜਾ ਟੈਂਪੋਨੀ ਕਰਾਉਣ ਦੇ ਵਾਸਤੇ ਉਹੀ ਲੋਕ ਜਾਂਦੇ ਹਨ ਜਿਨ੍ਹਾਂ ਨੂੰ ਕੁਝ ਨਾ ਕੁਝ ਸੱਚਮੁੱਚ ਲੱਗਦਾ ਹੈ ਕਿ ਕੋਈ ਨਾ ਕੋਈ ਜਿਹੜੀ ਉਹਨਾਂ ਦਾ ਜਿਦੂ ਕੀ ਪ੍ਰੋਬਲਮ ਬਾਕੀ ਇਟਲੀ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਕੇਸ ਆਇਆ ਹੈ ਜੀ ਲਾਜ਼ੀਓ ਦੇ ਵਿੱਚ ਆਇਆ ਹੈ 7413 ਕੇਸ ਕੰਪਨੀਆ 7130 ਕੇਸ ਤੇ ਬਾਕੀ ਜਿੰਨੀਆਂ ਵੀ ਸਟੇਟਾਂ ਹਨ तकरीबन 7000 ਤੋਂ ਘੱਟ ਹੀ ਕੇਸ ਇਹਨਾਂ ਦੇ ਵਿੱਚ ਆਏ ਹਨ ਬਾਕੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਕੱਲ ਦੀ ਵੀਡੀਓ ਹੋਏਗੀ ਜਿਹੜੀ ਕੱਲ ਨੂੰ ਵੀਡੀਓ ਛੱਡੀ ਜਾਏਗੀ ਉਹਦੇ ਵਿੱਚ ਤੁਹਾਨੂੰ ਇੱਕ ਹੋਰ ਚੀਜ਼ ਜਿਹੜੀ ਸਪੈਸ਼ਲ ਚੀਜ਼ ਹੈ ਜੀ ਉਹਦੇ ਬਾਰੇ ਜ਼ਰੂਰ ਦੱਸੀਏ ਤਾਂ ਕਿ ਜਿਹੜਾ ਆਰਥਿਕ ਤੌਰ ਤੇ ਤੁਹਾਡਾ ਕੁਝ ਫਾਇਦਾ ਹੋ ਸਕੇ ਤੇ ਕੋਸ਼ਿਸ਼ ਕਰਾਂਗੇ ਕਿ ਕੱਲ ਦੀ ਵੀਡੀਓ ਵਿੱਚ ਆਪਾਂ ਉਹ ਜਾਣਕਾਰੀ ਤੁਹਾਨੂੰ ਦੇਵਾਂਗੇ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਗਰ ਆਪਾਂ ਗੱਲ ਕੀਤੀ ਤਾਂ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੈ। ਬਾਕੀ ਬਹੁਤੇ ਲੋਕਾਂ ਨੇ ਪੁੱਛਿਆ ਸੀ ਕਮੈਂਟ ਬਾਕਸ ਦੇ ਵਿੱਚ ਵੀ ਸਾਨੂੰ ਕਿ ਜਿਹੜੇ ਬਿਟਕੋਇਨ ਵਗੈਰਾ ਹੈ ਜੀ ਕਰੰਸੀ ਜਿਹੜੀ ਡਿਜੀਟਲ ਕਰੰਸੀ ਹੈ। ਇਹਦੇ ਵਿੱਚ ਇਸ ਤਰ੍ਹਾਂ ਵਿਸ਼ ਕੀਤਾ ਜਾਵੇ ਜਾਂ ਕੀ ਫਾਇਦੇ ਨੁਕਸਾਨ ਇਸ ਦੇ ਵਿੱਚ ਹੋ ਸਕਦੇ ਆ। ਤੇ ਤੁਹਾਨੂੰ ਇੱਥੇ ਇਹ ਦੱਸ ਦਈਏ ਕਿ ਜਦੋਂ ਅਸੀਂ ਤੁਹਾਡੇ ਵਾਸਤੇ ਕੋਈ ਵੀ ਸਲਾਹ ਲੈ ਕੇ ਆਉਂਦੇ ਹਾਂ ਜਾਂ ਕੋਈ ਵੀ ਤੁਹਾਨੂੰ ਜਿਹੜੀ ਸਕੀਮ ਦੱਸੀ ਦੀ ਹੈ। ਤੇ ਪਹਿਲਾਂ ਕੋਸ਼ਿਸ਼ ਕਰਕੇ ਦੇਖੀ ਦਿਏ ਕਿ ਆਪ ਉਸੇ ਬਾਰੇ ਜਾਣਕਾਰੀ ਲੈ ਲਈਏ, ਕੁਝ ਆਪ ਕਰਕੇ ਦੇਖ ਲਈਏ। ਫਿਰ ਉਸ ਦੇ ਵਿੱਚ ਜੋ ਵੀ ਸਾਨੂੰ ਰਿਜ਼ਲਟ ਮਿਲਦੇ ਹਨ ਫਿਰ ਉਹੀ ਤੁਹਾਨੂੰ ਅੱਗੇ ਦੱਸੀਦੇ ਹਨ ਖੁੱਤ ਜਿਹੜਾ ਸਾਡਾ ਜਿਹੜਾ ਐਕਸਪੀਰੀਅੰਸ ਹੈ ਜੀ ਜ਼ਿੰਦਗੀ ਦਾ ਇਹਦੇ ਵਿੱਚ ਬਿਟਕੋਇਨ ਵਗੈਰਾ ਦੇ ਵਿੱਚ ਈਥੀਰੀਅਮ ਜਿਹਨਾਂ ਦੇ ਵਿੱਚ ਪੈਸੇ ਲਾ ਕੇ ਦੇਖੇ ਸਨ ਤੇ ਪੈਸੇ ਕੁਝ ਸਮੇਂ ਬਾਅਦ ਜਿਹੜਾ 100% ਤੱਕ ਦਾ ਸਾਨੂੰ ਘਾਟਾ ਆਇਆ ਇਸ ਦੇ ਵਿੱਚ ਪਿਆ ਸੀ ਮਤਲਬ ਜੇ 1000 ਯੂਰੋ ਇਸ ਦੇ ਵਿੱਚ ਲਾਇਆ ਸੀ ਤਾਂ ਤਤਕਰੀਬਨ ਜਿਹੜੀ ਉਸ ਦਾ ਮੁੱਲ ਸੀ ਜੀ 500 ਵੀ ਪੱਲੇ ਨਹੀਂ ਪਿਆ ਤੇ ਇਸ ਤਰ੍ਹਾਂ ਸਾਡਾ ਜਿਹੜਾ ਨੁਕਸਾਨ ਇਸ ਦੇ ਵਿੱਚ ਕਾਫੀ ਹੋਇਆ ਸੀ ਬਾਕੀ ਫਿਲਹਾਲ ਜਿਹੜਾ ਸਮਾਂ ਚੱਲ ਰਿਹਾ ਜੀ ਇਹਦੇ ਵਿੱਚ ਹੀ ਨਾ ਚੀਜ਼ਾਂ ਦੇ ਵਿੱਚ ਇਨਵੈਸਟ ਕਰਨ ਦਾ ਕੋਈ ਫਾਇਦਾ ਨਹੀਂ ਹੈ। ਵੈਸੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਿਟਕੋਇਨ ਵਗੈਰਾ ਜਾਂ ਹੋਈਆਂ ਜਿਹੜੀਆਂ ਕਰੰਸੀਆਂ ਹਨ। ਜਿਹੜੇ ਲੋਕ ਪਹਿਲਾਂ ਇਸ ਦੇ ਵਿੱਚ ਜ਼ਿਆਦਾ ਫਾਇਦਾ ਲੈ ਚੁੱਕੇ ਹਨ। ਉਹ ਸਮਾਂ ਨਿਕਲ ਚੁੱਕਾ ਹੈ। ਹੁਣ ਜਿਹੜੀਆਂ ਸਰਕਾਰਾਂ ਇਸ ਦੇ ਉੱਤੇ ਵੀ ਰੂਲਸ ਐਂਡ ਰੈਗੂਲੇਸ਼ਨ ਬਣਾਉਣ ਦੇ ਬਾਰੇ ਸੋਚ ਰਹੀਆਂ ਹਨ। ਹੁਣ ਜਿਹੜਾ ਪਹਿਲਾਂ ਵਾਲਾ ਮੁਨਾਫਾ ਮਿਲਣਾ ਬਹੁਤ ਜ਼ਿਆਦਾ ਔਖਾ ਹੈ। ਸੋ ਤੁਸੀਂ ਜੇ ਕਿਸੇ ਦੇ ਥਰੂ ਵੀ ਇਹ ਕੰਮ ਕਰਵਾ ਰਹੇ ਹੋ ਜਾਂ ਪੈਸੇ ਵਗੈਰਾ ਦੇ ਰਹੇ ਹੋ। ਇਹਨਾਂ ਦੇ ਵਿੱਚ ਇਨਵੈਸਟ ਕਰਨ ਦੇ ਵਾਸਤੇ ਤਾਂ ਕਿਉਂਕਿ ਇਹਦੇ ਵੀ ਜਿਹੜਾ ਲਾਭ ਦੀ ਜਗ੍ਹਾ ਦੇ ਉੱਤੇ ਤੁਹਾਡਾ ਨੁਕਸਾਨ ਵਗੈਰਾ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਬਾਕੀ ਇੱਕ ਤੁਹਾਨੂੰ ਗੁੱਡ ਨਿਊਜ਼ ਹੁਰ ਦੱਸੀਏ ਤੁਸੀਂ ਕਮੈਂਟ ਤੇ ਬੋਸ ਆਪਣੇ ਕਮੈਂਟ ਬਾਕਸ ਦੇ ਵਿੱਚ ਇਸ ਦੇ ਬਾਰੇ ਜਰੂਰ ਦੱਸਿਓ ਸਾਨੂੰ। ਇਹ ਸਾਡੀ ਇੱਕ ਬੇਨਤੀ ਹੈ ਤੁਹਾਨੂੰ ਜਿੱਦਾਂ ਕਿ ਤੁਸੀਂ ਇੱਕ ਹਫ਼ਤੇ ਦੇ ਵਿੱਚ ਇੰਡੀਆ ਦੇ ਵਿੱਚ ਲੋਕ ਇੱਕ ਵੀਕ ਦੇ ਵਿੱਚ 6 ਦਿਨ ਕੰਮ ਕਰਦੇ ਹਨ। ਤੇ ਜੇ ਆਪਾਂ ਸਾਊਦੀਆਰ ਵਗੈਰਾ ਰੁਕਾਂਟੀਆਂ ਵੀ ਦੇਖੀਏ ਤਕਰੀਬਨ ਸਾਢੇ 6 ਦਿਨ ਜਿਹੜੇ ਉੱਥੇ ਲੋਕ ਕੰਮ ਕਰਦੇ ਸਨ। ਕਿਉਂਕਿ ਉੱਥੇ ਛੁੱਟੀਆਂ ਵਗੈਰਾ ਕੋਈ ਵੀ ਨਹੀਂ ਹੁੰਦੀ ਸੀ ਪਹਿਲਾਂ ਲੋਕਾਂ ਨੂੰ ਕਾਫੀ ਸਮਾਂ ਪਹਿਲਾਂ ਜਿਹੜਾ ਜੁਮਾ ਸੀ ਉਹ ਵੀ ਲੋਕ ਲਾਉਂਦੇ ਸਨ ਸ਼ੁਕਰਵਾਰ ਵਾਲੇ ਦਿਨ ਤੇ ਇਸ ਤੋਂ ਇਲਾਵਾ ਜੇ ਆਪਾਂ ਯੂਰਪ ਕੰਟਰੀਆਂ ਵੱਲ ਚਾਤੀ ਮਾਰੀਏ ਤਾਂ ਇੱਕ ਹਫ਼ਤੇ ਵਿੱਚ ਇੱਥੇ ਨਾਰਮਲ ਪੰਜ ਦਿਨ ਕੰਮ ਕਰਨਾ ਪੈਂਦਾ ਹੈ ਜਿਹੜਾ ਸਾਬਤ ਉਹ ਹੁੰਦਾ ਹੈ ਸ਼ਨੀਵਾਰ ਹੁੰਦਾ ਹੈ ਚਲੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਆਪਸ਼ਨਲ ਹੁੰਦਾ ਹੈ ਮਤਲਬ ਕਿ ਇੱਕ ਹਫ਼ਤੇ ਵਿੱਚ ਪੰਜ ਦਿਨ ਜਿਹੜਾ ਕੰਮ ਕਰਨਾ ਜ਼ਰੂਰੀ ਹੈ ਪਰੰਤੂ ਜਿਹੜਾ ਨਵਾਂ ਸਿਸਟਮ ਜਿਹਦੇ ਵਿੱਚ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਵਿੱਚ ਦੱਸਿਆ ਸੀ ਕਿ ਨਵਾਂ ਜਿਹੜੀ ਆ ਰਿਹਾ ਹੈ ਜੀ ਇੱਕ ਇਸ ਦੇ ਵਿੱਚ ਨਵਾਂ ਟ੍ਰੈਂਡ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਇੱਕ ਹਫ਼ਤੇ ਵਿੱਚ ਚਾਰ ਦਿਨ ਕੰਮ ਇਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਬੈਲਜੀਅਮ ਜਿਹੜਾ ਹੈ ਜੀ ਇਸ ਟਾਈਮ ਇਸਨੇ ਇਸ ਨੂੰ ਆਪਣੇ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬੈਲਜੀਅਮ ਨੇ ਇਸ ਨੂੰ ਅਡਾਪਟ ਕੀਤਾ ਹੈ 4 ਦਿਨ ਜਿਹੜੇ ਇੱਕ ਹਫਤੇ ਦੇ ਵਿੱਚ ਕੰਮ ਬਾਕੀ ਇਸ ਤੋਂ ਇਲਾਵਾ 35 ਘੰਟੇ ਕੰਮ ਜਿੱਦਾਂ ਕਿ ਜਿਹੜਾ ਕਿ ਫਰਾਂਸ ਦੇ ਵਿੱਚ ਜਰਮਨ ਪਾਈਜ਼ੇ ਵਾਸੀ ਡੈਨਮਾਰਕ ਨਾਰਵੇਜੀਆ ਤੇ ਸਵਿਜ਼ਰ ਵਿੱਚ ਵੀ ਇਸ ਚੀਜ਼ ਦੇ ਬਾਰੇ ਜਿਹੜੀ ਗੱਲਬਾਤ ਚੱਲਦੀ ਹੈ ਤੇ ਕੁਝ ਲੋਕਾਂ ਦੇ ਜਿਹੜੇ ਕੰਟੈਕਟ 35 ਘੰਟੇ ਹਿਸਾਬ ਦੇ ਨਾਲ ਵੀ ਕੀਤੇ ਗਏ ਹਨ ਅਗਰ 35 ਘੰਟੇ ਦਾ ਕੰਟੈਕਟ ਹੈ ਤਾਂ ਜੇ 9 ਘੰਟੇ ਬੰਦਾ ਡੇਲੀ ਕੰਮ ਕਰੇ ਤਾਂ 4 ਦਿਨਾਂ ਦੇ ਵਿੱਚ ਜਿਹੜੇ 35 ਘੰਟੇ ਪੂਰੇ ਹੋ ਜਾਂਦੇ ਹਨ ਇਸ ਤੋਂ ਇਲਾਵਾ ਜਾਪਾਨ ਦੇ ਵਿੱਚ ਵੀ 8% ਦੇ ਕਰੀਬ ਇਹੋ ਜਿਹੇ ਏਜੰਡੇ ਹਨ ਜਿਨ੍ਹਾਂ ਨੇ ਇੱਕ ਫਿਰ ਤਾਂ ਲੋਕਾਂ ਦੇ ਸਾਹਮਣੇ ਆਫਰ ਪੇਸ਼ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਤੁਸੀਂ 1 ਘੰਟਾ ਜਿਹੜਾ ਡੇਲੀ ਜ਼ਿਆਦਾ ਲਗਾਵੋ ਤੇ ਇਹਦੇ ਨਾਲ ਤੁਹਾਨੂੰ ਅਸੀਂ ਗਰੰਟੀ ਦੇਵਾਂਗੇ ਕਿ ਤੁਸੀਂ ਇੱਕ ਹਫ਼ਤੇ ਦੇ ਵਿੱਚ 4 ਦਿਨ ਹੀ ਕੰਮ ਕਰੋਗੇ 3 ਦਿਨ ਤੁਸੀਂ ਆਪਣੇ ਘਰ ਦੇ ਵਿੱਚ ਆਰਾਮ ਕਰ ਸਕਦੇ ਹੋ ਇਹਦੇ ਨਾਲ ਜਿਹੜਾ ਇਸ ਦੇ ਪਿੱਛੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ એનર્ਜੀ ਦੀ ਵੀ ਬਚਤ ਹੋਏਗੀ ਕਿਉਂਕਿ ਹੁਣ ਜਿੰਨੇ 36 ਘੰਟੇ ਦਾ ਕੰਮ ਜਿਹੜਾ ਬੰਦੇ ਚਾਰ ਵਾਰ ਫੈਕਟਰੀਆਂ ਦੇ ਵਿੱਚ ਜਾ ਕੇ ਹੀ ਕਰ ਸਕਦੇ ਨੇ ਇਸ ਤਰ੍ਹਾਂ ਜਿਹੜਾ ਉਹਨਾਂ ਦਾ ਡੀਜ਼ਲ ਪੈਟਰੋਲ ਵੀ ਬਚੇਗਾ ਤੇ એનર્ਜੀ ਦੀ ਬਚਤ ਹੋਏਗੀ। ਬਾਕੀ ਤੁਸੀਂ ਕਿੰਨੇ ਘੰਟੇ ਕੰਮ ਕਰਦੇ ਹੋ ਜਾਂ ਤੁਹਾਨੂੰ ਕਿੰਨੇ ਘੰਟੇ ਕੰਮ ਕਰਨਾ ਪਸੰਦ ਹੈ? ਇਹ ਤੁਹਾਡੇ ਹਿਸਾਬ ਦੇ ਨਾਲ ਜਿਹੜਾ ਹਫਤੇ ਵਿੱਚ 4 ਦਿਨ ਜਾਂ 5 ਦਿਨ ਕੰਮ ਕਰਨਾ ਠੀਕ ਹੈ। ਤੇ ਕਮੈਂਟ ਬਾਕਸ ਵੀ ਤੁਸੀਂ ਜਰੂਰ ਦੱਸਿਓ ਤੇ ਵੀਡੀਓ ਦੇਖੀ ਧੰਨਵਾਦ।